ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਐਨਟੀ ਐਸ ਸੀ ਐਗਜ਼ਾਮੀਨੇਸ਼ਨ 2020 ਜੋ ਅੱਜ ਦੇ ਦਿਨ 21 2020 ਨੂੰ ਕੰਡਕਟ ਕਰਾਇਆ ਗਿਆ ਇਸ ਦਾ ਅਸੀਂ ਸੋਸ਼ਲ ਸਾਇੰਸ ਦਾ ਪਾਰਟ ਜਿਹੜਾ ਡਿਸਕਸ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰੀ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜਰੂਰ ਕਰਨਾ ਉਸ ਦੇ ਨਾਲ ਹੀ ਅਸੀਂ ਸੋਸ਼ਲ ਸਾਇੰਸ ਦਾ ਪਾਰਟ ਸ਼ੁਰੂ ਕਰਦੇ ਹਾਂ ਐਨਟੀਐਸਸੀ ਐਗਜ਼ਾਮੀਨੇਸ਼ਨ ਦਾ ਸੋਸ਼ਲ ਸਾਇੰਸ ਦਾ ਕੁਐਸਚਨ ਨੰਬਰ ਸਾਡੇ ਕੋਲ ਹੈ ਜੀ ਇਸ ਪੇਪਰ ਦੇ ਅਕੋਰਡਿੰਗ 161 ਭਾਰਤ ਦਾ ਅਕਸ਼ਾਂਸ਼ੀ ਵਿਸਥਾਰ ਕੀ ਹੈ ਔਰ ਇਸ ਦਾ ਰਾਈਟ ਆਨਸਰ ਹੈ ਜੀ অপশন সেকেন্ড 8 ডিগ্রি 4 মিনিট উত্তর ਤੋਂ ਲੈ ਕੇ 37 ডিগ্রি 6 মিনিট ਉੱਤਰ ਤੱਕ ਨੈਕਸਟ ਕੁਐਸਚਨ ਹੈ ਜੀ 162 ਸਰਦਾਰ ਸਰੋਬਰ ਬਨ ਕਿਹੜੇ ਦਰਿਆ ਤੇ ਬਣਾਇਆ ਗਿਆ ਹੈ ਇਸ ਦਾ ਰਾਈਟ ਆਨਸਰ ਹੈ ਜੀ ਨਰਮਦਾ ਨਦੀ ਤੇ ਉੱਪਰ ਬਣਾਇਆ ਗਿਆ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ ਹੈ 163 ਹੀਟ ਲਿਖਿਆ ਵਿੱਚੋਂ ਕਿਸ ਨੂੰ ਹੁਣ ਕੇਂਦਰ ਸਰਕਾਰ ਦੁਆਰਾ ਕੇਂਦਰ ਸ਼ਾਸਿਤ ਪ੍ਰਦੇਸ਼ ਝੂਟੀ ਐਲਾਨਿਆ ਗਿਆ ਹੈ ਬੋਪਾਲ ਲਦਾਖ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਸੈਕੰਡ ਹੈ ਜੀ ਲਦਾਖ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 164 ਹੈ ਸੰਗ ਮਰਮਰ ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਇੱਕ ਪਰਵਰਤਿਤ ਚਟਾਨ ਹੈ ਸੰਗ ਮਰਮਰ ਪਰਵਰਤਿਤ ਚਟਾਨ ਨੈਕਸਟ ਕੁਐਸਚਨ ਹੈ ਜੀ 165 ਹੈ ਕੰਜੀਰੰਗਾ ਜੰਗਲੀ ਜੀਵ ਖੇਤਰ ਹੇਟ ਲਿਖੇ ਵਿੱਚੋਂ ਕਿਹੜੇ ਰਾਜ ਵਿੱਚ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ ਜੀ ਅਸਾਮ ਨੈਕਸਟ ਕੁਐਸਚਨ ਹੈ ਜੀ ਮੈਚ ਅਪ ਕਰਨਾ ਹੈ ਲੋਹਾ ਕੋਲਾ ਮੈਗਨੀਜ਼ ਤੇਲ ਦੂਜੀ ਸਾਈਡ ਤੇ ਹੈ ਡਿਗਬੋਈ ਸਿੰਘਭੂਮ ਬਾਲਗਾਟ ਰਾਣੀਗੰਜ ਤੋ ਇਸ ਦਾ ਮੈਚ ਅਪ ਹੈ ਜੀ ਸਭ ਤੋਂ ਪਹਿਲਾਂ ਅਗਰ ਅਸੀਂ ਲੋਹਾ ਦੇਖਦੇ ਹਾਂ ਤੇ ਲੋਹੇ ਦਾ ਜਿਹੜਾ ਮੈਚ ਅਪ ਆ ਜਾਏਗਾ ਜੀ ਇਹ ਆ ਜਾਏਗਾ ਜੀ ਸਿੰਘਭਮ ਇਹ Jharkhand ਦਾ ਇੱਕ ਜ਼ਿਲ੍ਹਾ ਉਸ ਤੋਂ ਬਾਅਦ ਅਗਰ ਅਸੀਂ ਦੂਸਰੇ ਨੰਬਰ ਦਾ ਕੋਲਾ ਇਹ ਆ ਜਾ ਜੀ ਰਾਣੀਗੰਜ ਇਹ ਬੈਸਟ ਬੰਗਾਲ ਚ मैग्नीज ए बालघाट मध्य प्रदेश ਦੇ ਵਿੱਚ ਹੈ ਔਰ ਤੇਲ ਹੈ ਜੀ ਡਿਗਬੋਈ ਜਿਹੜਾ ਕਿ ਅਸਾਮ ਦੇ ਵਿੱਚ ਹੈ ਔਰ ਇਸ ਦੀ ਅਗਰ ਅਸੀਂ ਆਪਸ਼ਨ ਦੀ ਗੱਲ ਕਰੀਏ ਥਿਸ ਇਸ ਦਾ ਆਪਸ਼ਨ 3rd ਆ ਜਾਏਗਾ ਜੀ 3rd ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਪੰਜਾਬ ਤੇ ਹਰਿਆਣਾ ਦੇ ਦੱਖਣ ਹਿੱਸੇ ਤੋਂ ਲੈ ਕੇ ਕਸ਼ ਦੇ ਅਰੰਧ ਤੱਕ ਫੈਲੇ ਖੁਸ਼ਕ সমਤਲ ਭਾਗ ਨੂੰ ਕੀ ਕਹਿੰਦੇ ਹਨ ਇਸ ਦਾ ਰਾਈਟ ਆਨਸਰ ਹੈ ਜੀ ਥਾਰ ਮਰੂਥਲ ਨੈਕਸਟ ਕੁਐਸਚਨ ਹੈ 168 ਹੇਟ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਸਰਦੀਆਂ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ ਹੇਟ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਸਰਦੀਆਂ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਤਮਿਲਨਾਡੂ ਆਪਸ਼ਨ ਫੋਰਥ ਇਜ਼ ザ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਹੇਟ ਲਿਖਿਆ ਵਿੱਚੋਂ ਕਿਹੜੀ ਸਟੇਟ ਕਾਫੀ ਦਾ ਉਤਪਾਦਨ ਸਭ ਤੋਂ ਵੱਧ ਕਰਦੀ ਹੈ ਇਜ਼ ザ ਰਾਈਟ ਆਨਸਰ ਹੈ ਜੀ ਕਰਨਾਟਕ ਨੈਕਸਟ ਕੁਐਸਚਨ ਹੈ 170 ਹੇਟ ਲਿਖਿਆ ਵਿੱਚੋਂ ਕਿਹੜਾ ਦੇਸ਼ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਸਾਰਕ ਦਾ ਮੈਂਬਰ ਨਹੀਂ ਹੈ ਇਜ਼ ਅ ਆਨਸਰ ਆ ਜਾਏਗਾ ਜੀ ਚੀਨ ਨੈਕਸਟ ਕੁਐਸਚਨ ਹੈ 171 ਲੂ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ ਇਸ ਦਾ ਰਾਈਟ ਆਨਸਰ ਹੈ ਗਰਮ ਅਤੇ ਖੁਸ਼ਕਪਾਉਣ ਨੈਕਸਟ ਕੁਐਸਚਨ ਹੈ ਕਿਸ ਵਾਇਸਰਾਏ ਨੇ 1911 ਈਸਵੀ ਵਿੱਚ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਔਰ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਹੌਡਿੰਗਸ ਨੇ ਲਾਰਡ ਹੌਡਿੰਗ ਨੇ ਕਵੈਸਚਨ ਨੰਬਰ 172 ਨੈਕਸਟ ਕਵੈਸਚਨ ਹੈ ਜੀ 173 ਹੈ ਜਹીરਉਦੀਨ ਬਾਬਰ 1519 ਇਸਵੀ ਚ ਕਿੱਥੋਂ ਦਾ ਸ਼ਾਸਕ ਸੀ ਇਸ ਦਾ ਰਾਈਟ ਆਨਸਰ ਹੈ ਜੀ ਕਾਬੁਲ ਸਾਮੂਗੜ ਦਾ ਯੁੱਧ ਕਦੋਂ ਹੋਇਆ ਇਹ ਇਸ ਦਾ ਰਾਈਟ ਆਨਸਰ ਹੈ 1658 ਇਸਵੀ ਵਿੱਚ ਸਹੀ ਜੀੜਾ ਕਿ 29 ਮਈ ਐ ਔਰ 1658 ਇਸਵੀ ਵਿੱਚ ਨੈਕਸਟ ਕੁਐਸਚਨ ਹੈ 175 ਤਿੱਥ ਕਿਸ ਗੁਰੂ ਸਹਿਵਾਨ ਦੀ ਬਾਣੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਹੈ 176 ਫ੍ਰਾਂਸਿਸਿਸ ਸੈਨਾ ਨੇ ਪਹਿਲੀ ਵਾਰ ਵਿਤਨਾਮ ਦੀ ਯਾਤਰਾ ਸੋਰੀ ਫ੍ਰਾਂਸਿਸਿਸ ਸੈਨਾ ਨੇ ਪਹਿਲੀ ਵਾਰ ਵਿਤਨਾਮ ਦੀ ਧਰਤੀ ਤੇ ਡੇਰਾ ਕਦੋਂ ਪਾਇਆ 176 ਇਸ ਦਾ ਰਾਈਟ ਆਨਸਰ ਹੈ ਜੀ 1858 ਇਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਕਿਸ ਮਹਾਨ ਖੋਜ ਕਰਤਾ ਦੁਆਰਾ ਚੀਨ ਦੀ ਪ੍ਰਿੰਟਿੰਗ ਪ੍ਰਿੰਟ ਤਕਨੀਕ ਨੂੰ ਇਟਲੀ ਲਿਆਂਦਾ ਗਿਆ ਇਸ ਅ ਰਾਈਟ ਆਨਸਰ ਹੈ ਜੀ ਮਾਰਕੋ ਪੋਲੋ ਮਾਰਕੋ ਪੋਲੋ ਨੈਕਸਟ ਕੁਐਸਚਨ ਹੈ 178 ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਹੇਠ ਲਿਖਿਆਂ ਵਿੱਚੋਂ ਕਿਹੜੀ ਪਹਿਲੀ ਸਰਵ ਭਾਰਤੀ ਹੜਤਾਲ ਦਾ ਕਾਰਨ ਬਣਿਆ ਇਸ ਦਾ ਰਾਈਟ ਆਨਸਰ ਹੈ ਜੀ ਰੋਲਟ ਐਕਟ ਵਿਰੁੱਧ ਅੰਦੋਲਨ ਨੈਕਸਟ ਕੁਐਸਚਨ ਹੈ 179 31 ਜਨਵਰੀ 1930 ਈਸਵੀ ਨੂੰ ਮਹਾਤਮਾ ਗਾਂਧੀ ਨੇ ਵਾਇਸ ਰਾਏ ਲਾਰਡ ਇਰਵਿਨ ਨੂੰ ਪੱਤਰ ਲਿਖ ਕੇ ਡੈਸ਼ ਸੂਤਰੀ ਮੰਗ ਦੀ ਪੇਸ਼ ਕੀਤੀ ਜ਼ਰਾ ਰਾਈਟ ਆਨਸਰ ਹੈ ਜੀ 11 ਸੂਤਰੀ ਮੰਗ ਦੀ ਨੈਕਸਟ ਕੁਐਸਚਨ ਹੈ ਰਾਸ਼ਟਵਾਦ ਗੱਠ ਜੋੜ ਦਾ ਕਿਹੜਾ ਕਾਰਨ ਯੂਰਪ ਨੂੰ 1914 ਈਸਵੀ ਵਿੱਚ ਤਵਾਹੀ ਵੱਲ ਲੈ ਗਿਆ ਜ਼ਰਾ ਰਾਈਟ ਆਨਸਰ ਹੈ ਜੀ ਸਾਮਰਾਜਵਾਦ ਨੈਕਸਟ ਕੁਐਸਚਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ ਇਸ ਦਾ ਰਾਈਟ ਆਨਸਰ ਹੈ ਜੀ 16 ਨਵੰਬਰ 1900 ਵੀ ਇਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਨੀਤਾਜੀ ਸੁਭਾਸ਼ ਚੰਦਰ ਬੋਸ ਨੇ ਕਿਸ ਸਾਲ ਆਈ ਸੀ ਐਸ ਦੀ ਪ੍ਰੀਖਿਆ ਪਾਸ ਕੀਤੀ ਇਸ ਦਾ ਰਾਈਟ ਆਨਸਰ ਹੈ ਜੀ 1900 ਵੀ ਇਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ 26 ਜਨਵਰੀ 1950 ਈਸਵੀ ਚ ਨੈਕਸਟ ਕੁਐਸਚਨ ਹੈ ਨਾਗਰੀਕਾਂ ਦੇ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਅਧਿਆਇ ਵਿੱਚ ਸ਼ਾਮਿਲ ਹਨ ਇਸ ਦਾ ਰਾਈਟ ਆਨਸਰ ਹੈ ਜੀ ਅਧਿਆਇ 3 ਦੇ ਵਿੱਚ ਨੈਕਸਟ ਕੁਐਸਚਨ ਹੈ ਸੰਵਿਧਾਨ ਵਿੱਚ ਸ਼ਾਮਿਲ ਮੌਲਿਕ ਕਰਤੱਵ ਕਰਤੱਵਾਂ ਦੀ ਗਿਣਤੀ ਕਿੰਨੀ ਹੈ ਇਸ ਦਾ ਰਾਈਟ ਆਨਸਰ ਹੈ ਜੀ 11 ਨੈਕਸਟ ਕੁਐਸਚਨ ਹੈ 186 ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ-ਘੱਟ ਕਿੰਨੀ ਉਮਰ ਚਾਹੀਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ 35 ਸਾਲ ਨੈਕਸਟ ਕੁਐਸਚਨ ਹੈ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ 12 ਨੈਕਸਟ ਕੁਐਸ਼ਨ ਹੈ ਰਾਜਸਭਾ ਧਨ ਬਿੱਲ ਦੇ ਪਾਸ ਹੋਣ ਵਿੱਚ ਕਿੰਨੇ ਸਮੇਂ ਦੀ ਦੇਰੀ ਪਾ ਸਕਦਾ ਹੈ 14 ਦਿਨ ਨੈਕਸਟ ਕੁਐਸ਼ਨ ਹੈ ਜੀ ਸੁਪਰੀਮ ਕੋਰਟ ਦੇ ਜੱਜ ਕਿੰਨੀ ਉਮਰ ਵਿੱਚ ਰਿਟਾਇਰ ਹੁੰਦੇ ਹਨ ਇਸ ਦਾ ਰਾਈਟ ਆਨਸਰ ਹੈ ਜੀ 65 ਸਾਲ ਨੈਕਸਟ ਕੁਐਸਚਨ ਹੈ ਸੰਗੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖੇ ਜਾਣ ਦੀ ਸੌ ਕੌਣ ਚੁਕਾਉਂਦਾ ਹੈ ਰਾਸ਼ਟਰਪਤੀ ਨੈਕਸਟ ਕੁਐਸਚਨ ਹੈ ਜੀ 191 ਪੰਜਾਬ ਦੀ ਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਹਨ 100 17 ਉਪ ਰਾਸ਼ਟਰਪਤੀ ਦੀ ਚੋਣ ਲਈ ਨਿਸ਼ਚਿਤ ਚੋਣ ਮੰਡਲ ਵਿੱਚ ਸ਼ਾਮਿਲ ਹੈ ਇਸ ਦਾ ਰਾਈਟ ਆਨਸਰ ਹੈ ਜੀ ਲੋਕ ਸਭਾ ਤੇ ਰਾਜ ਸਭਾ অপਸ਼ਨ 4 ਹੈ ਜੀ ਲੋਕ ਸਭਾ ਤੇ ਰਾਜ ਸਭਾ ਨੈਕਸਟ ਕੁਐਸਚਨ ਹੈ ਕੀਟ ਲਿਖਿਆ ਵਿੱਚੋਂ ਨਿਵੇਸ਼ ਦੀ ਕਿਹੜੀ ਕਿਸਮ ਲਾਭ ਅਤੇ ਆਮਦਨ ਦੀ ਮਾਤਰਾ ਤੇ ਨਿਰਭਰ ਕਰਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਪ੍ਰੇਰਿਤ ਨਿਵੇਸ਼ ਨੈਕਸਟ ਕੁਐਸਚਨ ਹੈ ਰਾਹੁਲ ਨੇ ਆਪਣੀ ਫੈਕਟਰੀ ਵਿੱਚ ਕੰਪਿਊਟਰਾਈਜ਼ ਮਸ਼ੀਨਾਂ ਲਗਾਈਆਂ ਹਨ ਉਸ ਦੀ ਫੈਕਟਰੀ ਦੇ ਕੁਝ ਮਜ਼ਦੂਰ ਕੰਪਿਊਟਰ ਦੀ ਜਾਣਕਾਰੀ ਨਾ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ ਇਹ ਕਿਸ ਕਿਸਮ ਦੀ ਬੇਰੁਜ਼ਗਾਰੀ ਹੈ? ਇਹਨੂੰ ਅਸੀਂ ਕਹਿ ਸਕਦੇ ਹਾਂ ਜੀ ਤਕਨੀਕੀ ਬੇਰੁਜ਼ਗਾਰੀ। ਨੈਕਸਟ ਕੁਐਸਚਨ ਹੈ 195 ਭਾਰਤ ਦੇ ਕਿਹੜੇ ਰਾਜ ਸਭ ਤੋਂ ਵੱਧ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਹੈ? ਇਸ ਆਨਸਰ ਹੈ ਜੀ ਬਿਹਾਰ। ਨੈਕਸਟ ਕੁਐਸਚਨ ਹੈ ਕਿਹੜੀ ਸਰਕਾਰੀ ਸੰਸਥਾ ਗੁਜਰਾਤ ਵਿੱਚ ਦੁੱਧ ਪਦਾਰਤ ਵੇਚਦੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਅੰਮੋਲ ਕਿਸ ਭਾਰਤੀ ਨੂੰ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਮਿਲਿਆ ਹੈ ਇਸ ਦਾ ਰਾਈਟ ਆਨਸਰ ਹੈ ਜੀ ਡਾਕਟਰ ਅਮਿਰਤਾ ਸੈਨ ਨੈਕਸਟ ਕੁਐਸਚਨ ਹੈ ਜੀ 198 ਭਾਰਤ ਵਿੱਚ ਕਿਹੜਾ ਯਾਤਰੀ ਯਾਤਪਾਤ ਵਪਾਰ ਕਰਨ ਲਈ ਸਸਤਾ ਅਤੇ ਵਧੀਆ ਸਾਧਨ ਮੰਨਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਰੇਲਵੇ ਯਾਤਪਾਤ ਨੈਕਸਟ ਕੁਐਸਚਨ ਹੈ ਉਹਨਾਂ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਨੂੰ ਕੀ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਪੈਦਾ ਕੀਤੀਆਂ ਜਾਂਦੀਆਂ ਵਸਤੂਆਂ ਦਾ ਪ੍ਰਯੋਗ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਕੀਤਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਮਦ ਵਰਗੀ ਵਸਤੂ ਉਦਯੋਗ ਉਹ ਇਜ਼ ਦਾ ਲਾਸਟ ਕੁਐਸਚਨ ਹੈ ਜੀ 200 ਜੇ ਭਾਰਤ ਵਿੱਚ ਪ੍ਰਤੀ ਵਿਅਕਤੀ ਆਮਦਨ 1996 ਵਿੱਚ 8000 ਰੁਪਏ ਅਤੇ 1997 ਵਿੱਚ 10000 ਰੁਪਏ ਹੋਵੇ ਤਾਂ ਵਿਕਾਸ ਦਰ ਪਤਾ ਕਰੋ ਥਿਸ ਇਜ਼ ਦਾ ਰਾਈਟ ਆਨਸਰ ਆ ਜਾਏਗਾ ਜੀ 25% ਅਗਰ ਇਸ ਦਾ ਡਿਫਰੈਂਸ ਕਿੰਨਾ ਆ ਜਾਂਦਾ ਜੀ 2000 ਦਾ ਤੇ 2000 8000 ਦਾ ਡਿਫਰੈਂਸ ਹੀ ਨਿਕਾਲਾਂਗੇ ਤਾਂ ਇਹਦੀ ਅਗਰ ਅਸੀਂ ਪਰਸੈਂਟੇਜ ਨਿਕਾਲਾਂਗੇ ਤੇ ਸਾਡੇ ਕੋਲ ਪਰਸੈਂਟੇਜ ਇਹ ਬਣ ਜਣੀ ਹੈ ਇਹ ਆ ਜਾਏਗਾ 4 तो ये आ जाएगा साढ़े कुछ फाइव तो ये आ जाना साढ़े कुछ ट्वेंटी फाइव प्रसेंट मल्टीप्लाई करा ट्वेंटी फाइव प्रसेंट ऑप्शन फोर इज़ द राइट आंसर तो फ्रेंड्स अगर थोड़ी तो वीडियो अच्छी लगी है वीडियो लाइक और शेयर जरूर करना नैक्सट पार्ट अस अगली वीडियो डिसकस करेंगे धनवाद जय हिंद